ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ, ਮੈਂ ਹਾਂ ਪ੍ਰਿੰਸ ਸੁਨਿਆਲ। ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ, ਪੰਜਾਬ ਦੇ ਵਿੱਚ ਜ਼ਿਮਨੀ ਚੋਣਾਂ ਦਾ ਐਲਾਨ ਹੋ ਗਿਆ। ਪੰਜਾਬ ਦੇ ਵਿੱਚ ਜ਼ਿਮਨੀ ਚੋਣ ਦਾ ਐਲਾਨ ਹੋਇਆ, ਜਲੰਧਰ ਵੈਸਟ ਦੀ ਸੀਟ 'ਤੇ ਚੋਣ ਹੋਣ ਜਾ ਰਹੀ ਹੈ, ਕਿਉਂਕਿ ਇੱਥੋਂ ਦੇ ਵਿਧਾਇਕ ਰਹੇ ਸ਼ੀਤਲ ਅੰਗੁਰਾਲ ਹੋਰਾਂ ਨੇ ਅਸਤੀਫਾ ਦੇ ਦਿੱਤਾ ਸੀਗਾ, ਬੀਜੇਪੀ 'ਚ ਸ਼ਾਮਿਲ ਹੋ ਗਏ ਸੀ, ਇਸ ਕਰਕੇ ਇਹ ਸੀਟ ਖਾਲੀ ਹੈ। 10 ਜੁਲਾਈ ਨੂੰ ਇਸ ਸੀਟ ਦੇ ਉੱਤੇ ਚੋਣ ਹੋਵੇਗੀ, 13 ਜੁਲਾਈ ਨੂੰ ਨਤੀਜੇ ਆਉਣਗੇ। ਹਿਮਾਚਲ ਦੀਆਂ ਵੀ 3 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣ ਹੋਵੇਗੀ। ਹੋਰ ਕਿਹੜੀਆਂ ਕਿਹੜੀਆਂ ਸੀਟਾਂ 'ਤੇ ਚੋਣ ਹੋਣ ਜਾ ਰਹੀ ਹੈ, ਇਸ ਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ। ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਵਿਧਾਇਕ ਸ਼ੀਤਲ ਅੰਗੁਰਾਲ ਦੇ ਅਸਤੀਫੇ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ। ਬਿਹਾਰ ਦੇ ਵਿੱਚ ਵੀ ਚੋਣ ਹੋਣੀ ਹੈ, ਵੈਸਟ ਬੰਗਾਲ ਦੇ ਵਿੱਚ ਵੀ ਹੋਣੀ ਹੈ, ਤਮਿਲਨਾਡੂ ਦੇ ਵਿੱਚ ਵੀ ਹੋਣੀ ਹੈ, ਮੱਧ ਪ੍ਰਦੇਸ਼ ਦੇ ਵਿੱਚ ਵੀ ਹੋਣੀ ਹੈ, ਉੱਤਰਾਖੰਡ ਦੇ ਵਿੱਚ ਵੀ 2 ਸੀਟਾਂ ਨੇ, ਪੰਜਾਬ ਦੀ 1 ਸੀਟ ਜਲੰਧਰ ਵੈਸਟ। ਇਸ ਸੀਟ ਦੇ ਉੱਤੇ ਕਿਹੜਾ ਉਮੀਦਵਾਰ ਚੋਣ ਮੈਦਾਨ 'ਚ ਹੋਵੇਗਾ, ਆਮ ਆਦਮੀ ਪਾਰਟੀ ਦੇ ਵੱਲੋਂ, ਕਾਂਗਰਸ ਦੇ ਵੱਲੋਂ, ਬੀਜੇਪੀ ਦੇ ਵੱਲੋਂ, ਅਕਾਲੀ ਦਲ ਦੇ ਵੱਲੋਂ, ਕਿਉਂਕਿ ਲੋਕ ਸਭਾ ਚੋਣਾਂ ਖਤਮ ਹੋਣ ਤੋਂ ਬਾਅਦ ਇਹ ਪਹਿਲਾ ਜ਼ਿਮਨੀ ਚੋਣ ਹੈ। ਹਾਲਾਂਕਿ ਹੋਰ ਵੀ ਬਹੁਤ ਸਾਰੀਆਂ ਸੀਟਾਂ ਖਾਲੀ ਹੋਈਆਂ ਨੇ, ਪਰ ਉਹਨਾਂ ਸੀਟਾਂ 'ਤੇ ਚੋਣ ਜਦੋਂ ਉਦੋਂ ਹੋਏਗੀ ਜਦੋਂ ਪੂਰੇ ਦੇਸ਼ ਦੇ ਜਿੰਨੀਆਂ ਸੀਟਾਂ ਖਾਲੀਆਂ ਹੋਈਆਂ ਉਸ 'ਤੇ ਜਿਹੜੇ ਆ ਚੋਣ ਹੋਵੇਗੀ, ਚਾਹੇ ਗਿੱਦੜਬਾਹਾ ਹੋਵੇ, ਚਾਹੇ ਡੇਰਾ ਬਾਬਾ ਨਾਨਕ ਹੋਵੇ, ਚੱਬੇਵਾਲ ਹਲਕਾ ਹੋਵੇ, ਇਹਨਾਂ ਸੀਟਾਂ 'ਤੇ ਚੋਣ ਮੈਦਾਨ 'ਚ ਕੌਣ ਹੋਵੇਗਾ, ਇਸ 'ਤੇ ਵੀ ਚਰਚਾਵਾਂ ਜਿਹੜੀਆਂ ਚੱਲਦੀਆਂ ਰਹਿਣਗੀਆਂ। ਪਰ ਇਸ ਸੀਟ ਦੇ ਉੱਤੇ ਪੇਚਾ ਫਸੇਗਾ, ਕੌਣ ਇਸ ਸੀਟ 'ਤੇ ਜੇਤੂ ਹੋਵੇਗਾ, ਵਿਧਾਨ ਸਭਾ ਪਹੁੰਚੇਗਾ, ਕੌਣ ਬਾਜ਼ੀ ਮਾਰੇਗਾ, ਕਿਸ ਦੀ ਕਿਸਮਤ ਚਮਕ ਸਕਦੀ ਹੈ, ਜਿਸਨੇ 2022 'ਚ ਹਾਰ ਦਾ ਮੂੰਹ ਦੇਖਿਆ ਹੋਵੇ ਪਰ ਹੁਣ ਕਿਸਮਤ ਚਮਕ ਸਕਦੀ ਹੈ, ਤਾਂ ਦੇਖਣਾ ਹੋਵੇਗਾ ਕਿ ਜਲੰਧਰ ਵੈਸਟ ਤੋਂ ਬੀਜੇਪੀ ਤੋਂ ਸ਼ੀਤਲ ਅੰਗੁਰਾਲ ਹੀ ਹੋ ਸਕਦੇ ਨੇ, ਆਮ ਆਦਮੀ ਪਾਰਟੀ ਦੇ ਵੱਲੋਂ ਕੌਣ ਹੋਵੇਗਾ। ਔਰ ਇਸ ਦੇ ਨਾਲ ਇੱਕ ਪਾਸੇ ਆਮ ਆਦਮੀ ਪਾਰਟੀ ਦਾ ਪਲੜਾ ਜ਼ਰੂਰ ਭਾਰੀ ਹੋਵੇਗਾ, ਕਿਉਂਕਿ ਇੱਥੋਂ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦਾ MLA ਚੁਣ ਕੇ ਭੇਜਿਆ ਸੀ, ਪਰ ਬੀਜੇਪੀ ਦੇ ਵਿੱਚ ਚਲੇ ਗਏ ਸ਼ੀਤਲ ਅੰਗੁਰਾਲ, ਇਸ ਕਰਕੇ ਉਹਨਾਂ ਨੇ ਅਸਤੀਫਾ ਦੇ ਦਿੱਤਾ। ਤਾਂ ਹੁਣ ਲੋਕਾਂ ਨੂੰ ਫਤਵਾ ਮੁੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਇਸ ਕਰਕੇ ਮਿਲ ਸਕਦਾ ਆ ਕਿ ਅਸੀਂ ਤਾਂ ਤੁਹਾਨੂੰ ਚੁਣਿਆ ਸੀ, ਤੁਹਾਡੇ ਹੀ ਲੀਡਰ ਨੂੰ ਚੁਣਾਂਗੇ। ਹਾਲਾਂਕਿ ਸ਼ੀਤਲ ਅੰਗੁਰਾਲ ਹੋਰਾਂ ਦਾ ਵੀ ਇਲਾਕੇ ਦੇ ਵਿੱਚ ਚੰਗਾ ਹੋਲਡ ਹੈ, ਉਹਨਾਂ ਦੇ ਹਲਕੇ ਤੋਂ ਵੀ ਜਿਹੜੀਆਂ ਨੇ ਸੁਸ਼ੀਲ ਰਿੰਕੂ ਹੋਰਾਂ ਨੂੰ ਵੋਟ ਚੰਗੀ ਪਈ ਹੈ, ਇਸ ਕਰਕੇ ਟੱਕਰ ਪੂਰੀ ਦੇਣਗੇ ਸ਼ੀਤਲ ਅਤੇ ਹੋਰ ਜਿਹੜੇ ਉਮੀਦਵਾਰ ਹੋਣਗੇ, ਕਿ ਪਵਨ ਕੁਮਾਰ ਟੀਨੂ ਹੋਣਗੇ ਜਾਂ ਫਿਰ ਕੋਈ ਹੋਰ ਵੱਡਾ ਚਿਹਰਾ ਕਾਂਗਰਸ ਵੱਲੋਂ ਹੋ ਸਕਦਾ, ਅਕਾਲੀ ਦਲ ਦੇ ਵੱਲੋਂ ਹੋ ਸਕਦਾ ਹੈ। ਤਾਂ ਵੱਡੀ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਜ਼ਿਮਨੀ ਚੋਣ ਦਾ ਐਲਾਨ ਜਿਹੜਾ ਪੰਜਾਬ ਦੇ ਵਿੱਚ ਹੋ ਗਿਆ ਹੈ, ਜਲੰਧਰ ਵੈਸਟ ਤੋਂ ਸ਼ੀਤਲ ਅੰਗੁਰਾਲ ਜਿਹੜੇ ਆ ਉਹ ਚੋਣ ਮੈਦਾਨ ਦੇ ਵਿੱਚ ਨੇ। ਤਾਂ ਇਸ ਵਕਤ ਦੀ ਵੱਡੀ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ